ਇਹਨੂੰ ਕੁਛ ਨਾ ਕਹਿਣਾ। ਇਹਦੀਆਂ ਦੋ ਭੈਣਾਂ ਆਰਫ ਨੂੰ ਆਰ ਦੇ ਪਿੱਛੇ ਬਹੁਤ ਤਕਲੀਫ ਚ ਕਰਦੀਆਂ ਨੇ। ਤੇ ਪਿੱਛੇ ਦੀ ਮਾਂ ਕਹਿੰਦੀ ਸੀ ਦਮ ਗੁੱਟਕੂ ਦਮ ਗੁੱਟ। ਸਿਆਸਤ ਬੁੱਢੇ ਮਕਾਰਾਂ ਦੇ ਹੱਥ ਵਿੱਚ, ਸਿਆਸਤ ਇਹ ਬੁੱਢੇ ਮਕਾਰਾਂ ਦੇ ਹੱਥ ਵਿੱਚ ਤੇ ਮਕਤਬ ਅਦਾਰੇ ਗਵਾਰਾਂ ਦੇ ਹੱਥ ਵਿੱਚ। ਅੱਲਾ ਇਸ ਮੁਲਕ ਨੂੰ ਸਲਾਮਤ ਰੱਖੇ। ਇਹ ਸ਼ੀਸ਼ੇ ਦਾ ਮੁਲਕ ਹੈ, ਲਾਹੌਰਾਂ ਦੇ ਹੱਥ। ਮਹੱਲੇ ਦੇ ਪੰਜ ਦਸ ਬੰਦੇ ਤਨਜ਼ੀਮ ਵਾਲੇ ਆਏ ਦੇ ਘਰ ਆ ਕੇ ਤੇ ਭਾਈ ਜੀ ਚੰਦਾ ਦੇ ਦਿਓ। ਕਹਿੰਦਾ ਚੰਦਾ ਦੇ ਘਰ ਨਹੀਂ, ਨੁਕਸਾਨਾ ਲੈ ਜਾਓ ਤੁਸੀਂ। You like Red Bull? Yeah. I'm sorry, I have Black Bull. ਨਾ ਨਹੀਂ ਇੱਧਰ ਆਓ। ਓਏ ਤੂੰ ਤੁਸੀਂ ਰੋਏ, ਮੈਂ ਔਰੰਜ ਟ੍ਰੇਨ 'ਚ ਬੈਠਾ। ਪਹਿਲਾਂ ਦੇ ਬੰਦਿਆ ਔਰੰਜ ਟ੍ਰੇਨ ਨੂੰ ਹਲੇ 2 ਸਾਲ ਲੱਗਣੇ ਨੇ। ਹਲਾ 2 ਸਾਲ ਬਾਅਦ ਔਰੰਜ ਟ੍ਰੇਨ ਬਣੇਗੀ। ਹਲਾ ਫਿਰ 2.5 ਲੱਖ ਬੰਦਾ ਸਫ਼ਰ ਕਰੇਗਾ। ਅੱਛਾ। ਉਸ ਤੋਂ ਪਹਿਲੇ 2.5 ਕਰੋੜ ਦਮੇ ਦਾ ਮਰੀਜ਼ ਹੋਏਗਾ। ਇੱਧਰ ਵੇਖ, ਇਹੋ ਜਿਹਾ ਮੁੰਡਾ ਸਵੇਰੇ ਬਿਊਟੀ ਪਾਰਲਰ 'ਚ ਵੜੇ ਤੇ ਸ਼ਾਮ ਨੂੰ ਨਿਕਲੇ ਫਿਸ਼ਲ ਫੁਸ਼ਲ ਕਰਾ ਕੇ, ਨਵੇਂ ਕੱਪੜੇ ਟਾਈ ਸ਼ਾਈ ਲਾ ਕੇ, ਜੁੱਤੀ ਪਾ ਕੇ, ਪਰਫਿਊਮ ਲਾ ਕੇ ਦੋਸਤਾਂ 'ਚ ਆਏ ਨਾ, ਫਿਰ ਦੋਸਤ ਕਹਿਣ ਦੇ ਨੇ ਉਹ ਤੂੰ ਵਾਕਈ ਵਿਆਹ 'ਤੇ ਨਹੀਂ ਜਾਣਾ। ਨਾਲ ਦੇ ਪਿੰਡ ਨੇ ਚੋਰੀ ਕੀਤੀ। ਅੱਛਾ ਜੀ। ਉਹਨੇ ਫੜ ਕੇ ਟਿੰਡ ਕਰਦੀ ਆਪਣੇ ਪਿੰਡ ਦਾ, ਕਹਿੰਦਾ ਮੈਂ ਉਮਰਾ ਕਰਕੇ ਆਇਆ। ਵੇਖੇ ਇਹ ਨਹੀਂ ਤਾਰਕ ਚੈੜੀ ਸਾਹਿਬ, ਨਹੀਂ ਰਾਂਝਾ ਬਣੇ ਹੋ। ਹਾਂਜੀ ਹਾਂਜੀ। ਇਹ ਕੀ ਹੈ? ਇਹ ਬਾਂਸਰੀ ਹੈ ਜੀ। ਇਹ ਵੱਜਦੀ ਹੈ? ਹਾਂਜੀ ਹਾਂਜੀ। ਉਹ ਕਿਵੇਂ? ਉੱਧਰ ਵੇਖਣਾ। ਹਾਂਜੀ। ਪਹਿਲੇ ਵਾਰਤਾ ਜੀ ਸੀ ਮੁਲਾਜ਼ਮ। ਅੱਛਾ। ਇਹਨੂੰ ਮੈਂ ਕਿਹਾ ਤੂੰ ਵਾਰਤਾ ਜੇ, ਮੈਨੂੰ ਬਿੱਲ ਬਹੁਤ ਆਇਆ, ਮੇਰਾ ਮੀਟਰ ਪਿੱਛੇ ਕਰ ਦੇ, 3 ਕਲੀਆਂ ਪੁੱਟ ਕੇ ਪਿੱਛੇ ਲਾ ਆਇਆ। ਕਿਹਨੇ ਕੀਤੀ ਜ਼ਿਆਦਤੀ ਤੇਰੇ ਨਾਲ? ਕੀ ਕਰਦਾ ਤੇਰਾ ਬੰਦਾ? ਮਾਰਦਾ ਹੈ। ਨਿਕਾਹ ਹੋਇਆ ਉਹਦਾ? ਹਾਂ। ਮਾਰੇਗਾ?